ਹਾਂਜੀ ਦੋਸਤੋ ਮੈਂ ਅਮਿਤ ਕੌਸ਼ਲ ਜੁਪੀਟਰ ਸਟੱਡੀ ਬ੍ਰਾਡ ਕੰਸਲਟੈਂਸੀ ਅੰਡੀਗੜ ਤੋਂ ਅੱਜ ਇੱਕ ਬਹੁਤ ਅੱਛੀ ਨਿਊਜ਼ ਦੇਣ ਲੱਗਿਆ ਹਾਂ ਨਾ ਸਿਰਫ ਸਟੱਡੀ ਵੀਜ਼ਾ ਵਾਲੇ ਸਟੂਡੈਂਟਸ ਲਈ ਬਟ ਜਿਹੜੇ ਵਿਜ਼ਿਟਰ ਵੀਜ਼ਾ ਜਾਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਕੈਨੇਡਾ ਲਈ ਉਹਨਾਂ ਲਈ ਵੀ ਬਹੁਤ ਅੱਛੀ ਨਿਊਜ਼ ਹੈ ਤੇ ਕੱਲ ਰਾਤ ਰਾਤ ਦੇ ਵਿੱਚ 5 ਪੀਪੀਆਰਜ਼ ਆਈਆਂ ਜਿਦੇ ਚੋਂ 3 ਉਹ ਸੀ ਜਿਹੜੇ ਕਿ ਵਿਜ਼ਿਟਰ ਵੀਜ਼ਾ ਸੀ ਲਗਾਏ ਸੀਗੇ ਤੇ 2 ਏਆਈਪੀਜ਼ ਆਈਆਂ ਇੱਕ ਸੀਡੀਆਈ ਕਾਲਜ ਦੀ ਔਰ ਇੱਕ ਸੌਰੀ ਪੀਪੀਆਰਜ਼ ਆਈਆਂ ਇੱਕ ਸੀਡੀਆ ਕਾਲਜ ਦੀ ਇੱਕ ਹਰਜ਼ਿੰਗ ਕਾਲਜ ਦੀ ਜਿਨ੍ਹਾਂ ਦੀਆਂ ਏਆਈਪੀਜ਼ ਨਹੀਂ ਆਈਆਂ ਹੋਈਆਂ ਸੀ ਤੇ ਜਿਹੜੇ ਬੱਚੇ ਵੇਟ ਕਰ ਰਹੇ ਸੀ ਕਿ ਸਾਡੀਆਂ ਏਆਈਪੀਜ਼ ਨਹੀਂ ਆਈਆਂ ਸੀ ਕੀ ਸਾਡੇ ਵੀਜ਼ੇ ਆਣਗੇ ਕੀ ਸਾਡੀਆਂ ਪੀਪੀਆਰ ਆਣਗੀਆਂ ਕਿ ਨਹੀਂ ਆਣਗੀਆਂ ਔਰ ਇੱਕ ਚੀਜ਼ ਹੋਰ ਦੱਸ ਦਿੰਨਾ ਦੋ ਪੀਪੀਆਰਜ਼ ਆਈਆਂ ਕੱਲ ਅਗਰ ਮੈਂ ਸਟੱਡੀ ਵੀਜ਼ਾ ਨਹੀਂ ਕਰਾ ਇੱਕ ਰਿਫਿਊਜ਼ਲ ਆਈ ਹੈ ਤੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਤੇ ਮੈਂ ਹੁਣ ਪਹਿਲਾਂ ਸਟੂਡੈਂਟ ਦੀ ਪੀਪੀਆਰਜ਼ ਸ਼ੇਅਰ ਕਰੂੰਗਾ ਉਹਨਾਂ ਦੀ ਡਿਟੇਲਸ ਸ਼ੇਅਰ ਕਰੂੰਗਾ ਟਾਈਮਲਾਈਨ ਸ਼ੇਅਰ ਕਰੂੰਗਾ ਪ੍ਰੋਫਾਈਲ ਸ਼ੇਅਰ ਕਰੂੰਗਾ ਫਿਰ ਮੈਂ ਤੁਹਾਨੂੰ ਦੱਸੂੰਗਾ ਜਿਹ ਬਹੁਤ ਹੈਰਾਨੀ ਵਾਲਾ ਔਰ ਬਹੁਤ ਖੁਸ਼ੀ ਵਾਲਾ ਹੈ ਤੋਂ ਚਲੋ ਮੈਂ ਤੁਹਾਨੂੰ ਦੱਸਦਾ ਅ ਜਿਹੜੀ ਪਹਿਲੀ ਪੀਪੀਆਰ ਆਈ ਹੈ ਉਹ ਆਈ ਹੈ ਮਨਪ੍ਰੀਤ ਕੌਰ ਦੀ ਹਰਜਿੰਗ ਕਾਲਜ ਨੇ ਹਰਜਿੰਗ ਕਾਲਜ ਅਪਲਾਈ ਕੀਤਾ ਸੀਗਾ ਲੌਜਮੈਂਟ ਡੇਟ ਸੀ 20 ਅਕਤੂਬਰ 2020 ਅ 10 ਇਹਨੇ 12ਵੀਂ 10+2 ਕੀਤੀ ਹੈ ਕਾਮਰਸ ਦੇ ਵਿੱਚ ਤੇ 59% ਨੰਬਰ ਸੀਗੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਕੋਰਸ ਸੀਗਾ 6 ਇਚ ਸੀਗੇ ਆਲਸ 2018 ਦੇ ਵਿੱਚ ਇਹਨੇ ਆਪਣੀ ਅ ਪੜ੍ਹਾਈ ਪੂਰੀ ਕੀਤੀ ਸੀ ਦੂਜੀ ਹੈਗੀ ਹੈ ਅਮਨਦੀਪ ਸਿੰਘ ਦੀ ਅਮਨਦੀਪ ਸਿੰਘ ਦੀ ਫਾਈਲ ਲੱਗੀ ਸੀ 19 ਅਕਤੂਬਰ 2020 ਨੂੰ ਅਮਨਦੀਪ ਨੇ ਸੀਡੀਆਈ ਕਾਲਜ ਦੇ ਵਿੱਚ ਨੈਟਵਰਕਿੰਗ ਐਂਡ ਇੰਟਰਨੈਟ ਸਿਕਿਉਰਿਟੀ ਸਪੈਸ਼ਲਿਸਟ ਦਾ ਕੋਰਸ ਹੈਗਾ ਬੀਐਸਸੀ ਇਨ ਇਨਫੋਟੈਕ ਕੀਤੀ ਹੋਈ ਸੀ 2018 ਦੇ ਵਿੱਚ ਪੀਟੀਈ ਬੇਸ ਤੇ ਵੀਜ਼ਾ ਲੱਗਿਆ ਹੈ ਪੀਟੀ ਦੇ ਵਿੱਚ ਓਵਰਆਲ ਇਹਦੇ ਸੀਗੇ 58 ਨੋ ਬੈਂਡ ਲੈਸ ਦੈਨ ਨੋ ਸਕੋਰ ਲੈਸ ਦੈਨ 52 ਤੇ ਅਮਨਦੀਪ ਇਹ ਦੋ ਪੀਪੀਆਰਸ ਵਿਦਾਊਟ ਆਈਪੀ ਆਈ ਹੈ ਹੁਣ ਆਪਾਂ ਗੱਲ ਕਰਦੇ ਹਾਂ ਵਿਜ਼ਟਰ ਵੀਜ਼ੇ ਦੀ ਵਿਜ਼ਟਰ ਵੀਜ਼ੇ ਦੀ ਮਦਰ ਔਰ ਸਨ ਨੇ ਫਾਈਲ ਲਾਈ ਸੀ ਉਹਨਾਂ ਦਾ ਕੋਈ ਰਿਲੇਟਿਵ ਸੀਗਾ ਉੱਥੇ ਮੇਰੇ ਖਾਲ ਸਾਡੇ ਕੋਲ ਹੀ ਕੁੜੀ ਗਈ ਹੋਈ ਸੀ ਉਹ ਸੀ ਉਹਨੇ ਆਪਣੇ ਭਰਾ ਨੂੰ ਤੇ ਆਪਣੀ ਮਦਰ ਨੂੰ ਇਨਵਾਈਟ ਕੀਤਾ ਕਿ ਮੈਨੂੰ ਆ ਕੇ ਮਿਲ ਕੇ ਜਾਓ ਵੀ ਮੈਂ ਲੋਕਡਾਊਨ ਦੇ ਵਿੱਚ ਨਹੀਂ ਆਈ ਮਦਰ ਦਾ ਨਾਮ ਹੈ ਸੁਖਵਿੰਦਰ ਕੌਰ ਰਿਹਲ ਬੇਟੇ ਦਾ ਨਾਮ ਹੈ ਗਗਨਪ੍ਰੀਤ ਸਿੰਘ ਰਿਹਲ ਮੁੰਡੇ ਦੀ ਉਮਰ ਸਿਰਫ 14 ਔਰ 15 ਸਾਲ ਦੇ ਵਿੱਚ ਵਿੱਚ ਨਾਉ ਯੂ ਕੈਨ ਵੈਰੀ ਵੈਲ ਇਮੇਜਿਨ ਕਿ ਕੈਨੇਡਾ ਹੁਣ ਆਪਣੇ ਦਰਵਾਜ਼ੇ ਖੋਲ ਕੇ ਬੈਠਾ ਤੀਜੀ ਜਿਹੜੀ ਪੀਪੀਆਰ ਆਈ ਹੈ ਵਿਜ਼ਟਰ ਵੀਜ਼ੇ ਦੀ ਉਹ ਆਈਏ ਸੰਤੋਖ ਸਿੰਘ ਨੇ ਸੰਤੋਖ ਸਿੰਘ ਦਾ ਕੋਈ ਰਿਲੇਟਿਵ ਹੈਗਾ ਕੋਈ ਸਟੂਡੈਂਟ ਨਹੀਂ ਹੈ ਵਾ ਐਸੀ ਕਿਸੇ ਰਿਲੇਟਿਵ ਨੂੰ ਇਹਨਾਂ ਨੂੰ ਸਪਾਂਸਰਸ਼ਿਪ ਪੇਜੀ ਸੀ ਤੇ ਇਹਨਾਂ ਨੇ ਫਾਈਲ ਲਾਈ ਸੀ ਕਿ ਸੰਤੋਖ ਸਿੰਘ ਦੀ ਉਮਰ ਹੈਗੀ ਹੈ 42 ਸਾਲ ਦੇ बिजनेਸਮੈਨ ਹੈਗੇ ਨੇ ਤੇ ਇਹ ਜਿਹੜੀਆਂ 5 ਪੀਪੀਆਰ ਨੇ ਇਹ ਅਸੀਂ 6 ਰਿਸੀਵ ਕੀਤੀਆਂ ਕੱਲ ਰਾਤ ਰਾਤ ਦੇ ਵਿੱਚ ਇੱਕ ਰਿਫਿਊਜ਼ਲ ਆਈ ਸੀ ਇਹ 6 ਡਿਸੀਜਨ ਆਇਆ ਤਾਂ ਹੁਣ ਉਹ ਸਾਰੇ ਸਟੂਡੈਂਟ ਜਿਹੜੇ ਕਹਿੰਦੇ ਆ ਕਿ ਏਆਈਪੀ ਵਾਲਿਆਂ ਤੋਂ ਬਾਅਦ ਸਾਡਾ ਕੀ ਹੋਊਗਾ ਡਿਸੀਜਨ ਆਣੇ ਸ਼ੁਰੂ ਹੋ ਗਏ ਆ ਜਿੱਥੇ ਆਪਾਂ ਇੰਨੀ ਦੇਰ ਵੇਟ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਇਹ 15 ਅਕਤੂਬਰ ਤੱਕ ਸਾਰਾ ਹਿਸਾਬ ਕਿਤਾਬ ਜਿਹੜਾ ਹੈ ਕਲੀਅਰ ਹੋ ਜਾਣਾ ਜਿਸ ਸਪੀਡ ਦੇ ਨਾਲ ਡਿਸੀਜਨਸ ਆ ਰਹੇ ਹਨ ਔਰ ਮੈਂ ਉਮੀਦ ਕਰਦਾ ਹਾਂ ਡਿਸੀਜਨ ਪੋਜ਼ਿਟਿਵ ਹੀ ਹੋਣ ਜਿਵੇਂ ਅੱਜ ਇਹ ਦੋ ਪੋਜ਼ਿਟਿਵ ਆਏ ਹਨ ਤੇ ਅੱਗੇ ਆਉਣ ਵਾਲੇ ਟਾਈਮ 'ਚ ਵੀ ਜਿਹੜੇ ਹੋਰ ਵੀ ਬਹੁਤ ਸਾਰੇ ਫਾਈਲਾਂ ਲੱਗੀਆਂ ਹੋਈਆਂ ਵਿਦਆਊਟ ایਆਈਪੀ ਸਟੂਡੈਂਟਸ ਦੀਆਂ ਉਹ ਪੋਜ਼ਿਟਿਵ ਹੀ ਆਣ ਔਰ ਜਿਹੜੇ ਟੂਰਿਸਟ ਵੀਜ਼ਾ ਵਿਜ਼ਿਟਰ ਵੀਜ਼ਾ ਵੇਟ ਕਰ ਰਹੇ ਸੀ ਉਡੀਕ ਰਹੇ ਸੀ ਆਪਣੇ ਨੀਅਰ ਐਂਡ ਨੀਅਰ ਨੂੰ ਮਿਲਣ ਲਈ ਉੱਥੇ ਕੈਨੇਡਾ ਘੁੰਮਣ ਜਾਣ ਲਈ ਦੇ ਆਰ ਮੋਸਟ ਵੈਲਕਮ ਦਿੱਤੇ ਹੋਏ ਨੰਬਰਾਂ ਤੇ ਕਾਲ ਕਰਕੇ ਤੁਸੀਂ ਮਿਲ ਸਕਦੇ ਹੋ ਆ ਕੇ ਆਪਣੇ ਡਾਕੂਮੈਂਟੇਸ਼ਨ ਦਿਖਾ ਸਕਦੇ ਹੋ ਤੇ ਫਾਈਲ ਆਪਣੀ ਸਬਮਿਟ ਕਰ ਸਕਦੇ ਹੋ ਕਿਉਂਕਿ ਹੁਣ ਜਿਹੜਾ ਇਹ ਲਾਕਡਾਊਨ ਖੁੱਲਿਆ ਜਿਹੜਾ ਹੁਣੇ ਦਰਵਾਜ਼ੇ ਖੁੱਲ੍ਹੇ ਆ 26 27 ਤਰੀਕ ਤੋਂ ਫਲਾਈਟ ਡਾਇਰੈਕਟ ਹੁਣ ਦੁਬਾਰਾ ਰੀਜ਼ਿਊਮ ਹੋ ਜਾਣੀ ਹੈ ਇਹਦਾ ਭਰਪੂਰ ਫਾਇਦਾ ਲਓ ਕਿਉਂਕਿ ਕੁਝ ਨਹੀਂ ਪਤਾ ਕਦੋਂ ਤੀਜੀ ਚੌਥੀ ਪੰਜਵੀਂ ਜੇ ਪ੍ਰਮਾਤਮਾ ਦਾ ਕਰੇ ਨਾ ਆਵੇ ਫੇਰ ਆਵੇ ਉਸ ਤੋਂ ਪਹਿਲਾਂ ਆਪਣਾ ਹੁਣ ਇਹਨਾਂ ਦੇ 10 10 ਸਾਲ ਦੇ ਪਾਸਪੋਰਟ ਨਵੇਂ ਸੀ ਵੀਜ਼ੇ ਲੱਗ ਜਾਣੇ ਆ ਹੁਣ ਚਾਹੇ ਸਾਲ ਬਾਅਦ ਜਾਣ ਚਾਹੇ ਜਦ ਮਰਜੀ ਜਾਣ ਚਾਹੇ ਜਿੰਨੀ ਮਰਜ਼ੀ ਵਾਰ ਜਾਣ ਕੋਈ ਟੈਨਸ਼ਨ ਨਹੀਂ ਹੈ ਇਹਨਾਂ ਨੂੰ ਸਿਰਫ ਟਿਕਟ ਲੈਣੀ ਹੈ ਤੇ ਜਹਾਜ ਚੜ ਜਾਣਾ ਤੇ ਉਮੀਦ ਹੈ ਤੁਹਾਨੂੰ ਵੀਡੀਓ ਇਹ ਪਸੰਦ ਆਈ ਹੋਵੇਗੀ ਇਹਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੁਬਾਰਾ ਤੋਂ ਅਸੀਂ ਮਿਹਨਤ ਕਰਕੇ ਚੱਲ ਰਹੇ ਆਂ ਅ ਇਸ ਕਰਕੇ ਜੇ ਕਰ ਸਕਦੇ ਹੋ ਤਾਂ ਪਲੀਜ਼ ਹੈਲਪ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ